ਇਹਨਾਂ ਦੀ ਜਿਹੜੀ ਪੈਰੀ ਆ ਕੁੜੀ ਦੀ ਉਹ ਚਾਚੇ ਤਾਏ ਜਿਹੜੇ ਆ ਖੁੰਡੇ ਨੇ ਉਹ ਆਉਂਦੇ ਨੇ ਸਾਨੂੰ ਜੋੜ ਕੇ ਪੈ ਅਤੇ ਮੈਂ ਇਹ ਰੋਂਦੀ ਆ ਅਤੇ ਜੇ ਅਸੀਂ ਪੰਗੀ ਛੱਡਣ ਜਾਂਦੇ ਹਾਂ ਤਾਂ ਸਾਨੂੰ ਇੱਟਾਂ ਰੋੜੇ ਚੜਾਉਂਦੇ ਨੇ ਅਤੇ ਜੇ ਜ਼ਮੀਨ ਆਪਣੀ ਵੇਚ ਕੇ ਕਬਜ਼ਾ ਉਹਨੇ ਮੇਰੀ ਜ਼ਮੀਨ ਦਾ ਦਿੱਤਾ ਵਾ ਅਤੇ ਉਸ ਜ਼ਮੀਨ ਦੇ ਵਿੱਚ ਸਾਡਾ ਜਿਹੜਾ ਇੱਕ ਬੱਚਾ ਬਣਿਆ ਸੀ ਸਾਡੀ ਡੰਗਰਾਂ ਵਾਲੀ ਹਵੇਲੀ ਬਣੀ ਸੀ ਅਤੇ ਡੰਗਰਾਂ ਦਾ ਬਰਾਂਡਾ ਬਣਿਆ ਸੀ ਜੋ ਉਹਨਾਂ ਨੇ ਰਾਤ ਨੂੰ ਆ ਕੇ ਸਾਰਾ ਢਾਹ ਦਿੱਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਕਿਤੇ ਨਾ ਕਿਤੇ ਅਸੀਂ ਆਪਣੇ ਨਿੱਚਾ ਖਾਤਰ ਇੰਨਾ ਕੀ ਥੱਲੇ ਡਿੱਗ ਗਏ ਹਾਂ ਕਿ ਅਸੀਂ ਆਪਣੇ ਰਿਸ਼ਤੇ ਨਾਤੇ ਕਦਰਾਂ ਕੀਮਤਾਂ ਸਭ ਕੁਛ ਗਵਾ ਦਿੱਤਾ ਹੈ ਸਭ ਕੁਛ ਛਿੱਕ ਕੇ ਟੰਗ ਦਿੱਤਾ ਹੈ ਪਿਤਾ ਦੀ ਮੌਤ ਤੋਂ ਬਾਅਦ ਇਕੱਲੀ ਰਹਿ ਗਈ ਦਾਦੀ ਅਤੇ ਉਸ ਦੀ ਪੋਤੀ ਨੂੰ ਤਰ ਤਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਆਪਣੀ ਜ਼ਮੀਨ ਤੇ ਹੀ ਇਹ ਦਾਦੀ ਪੋਤੀ ਪੈਰ ਨਹੀਂ ਧਰ ਸਕਦੇ ਕਿਉਂਕਿ ਇਹਨਾਂ ਦੇ ਆਪਣੇ ਸਗਿਆਂ ਨੇ ਇਹਨਾਂ ਨੂੰ ਆਪਣੀ ਜ਼ਮੀਨ ਤੋਂ ਖਦੇੜ ਦਿੱਤਾ ਹੈ ਤੇ ਹੁਣ ਇਹ ਦਾਦੀ ਪੋਤੀ ਮਜਬੂਰ ਨੇ ਪੁਲਿਸ ਥਾਣਿਆਂ ਦੇ ਕੋਰਟ ਕਚਹਿਰੀਆਂ ਦੇ ਚੱਕਰ ਲਗਾਉਣ ਵਾਸਤੇ ਤੇ ਲੱਖ ਲਾਣਤਾ ਅਜਿਹੀਆਂ ਮਰੀਆਂ ਜ਼ਮੀਰਾਂ ਵਾਲੇ ਆਪਣਿਆਂ ਦੀਆਂ ਜਿਨ੍ਹਾਂ ਨੂੰ ਇਸ ਮਾਂ ਦਾ ਇਸ ਧੀ ਦਾ ਸਾਥ ਦੇਣਾ ਚਾਹੀਦਾ ਸੀ ਪਰ ਉਹਨਾਂ ਨੂੰ ਕੁਝ ਕਿੱਲਿਆਂ ਦੀ ਪੈਲੀ ਦਿਸਦੀ ਹੈ ਇਹ ਜਾਗਦੀਆਂ ਹੋਈਆਂ ਦੋ ਰੂਹਾਂ ਨਜ਼ਰ ਨਹੀਂ ਆਉਂਦੀਆਂ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਜ਼ਰ ਨਹੀਂ ਆਉਂਦੀਆਂ ਅਸੀਂ ਗੱਲ ਕਰ ਰਹੇ ਹਾਂ ਤਹਿਸੀਲ ਅਸ਼ਨਾਲਾ ਦੇ ਪਿੰਡ ਧੁੱਪਸੜੀ ਦੀ ਜਿੱਥੇ ਪਿਤਾ ਦੀ ਮੌਤ ਤੋਂ ਬਾਅਦ ਇਕੱਲੀ ਰਹਿ ਗਈ ਦਾਦੀ ਪੋਤੀ ਆਪਣੇ ਹੀ ਸਕੇ ਪਰਿਵਾਰਕ ਮੈਂਬਰਾਂ ਤੋਂ ਬਹੁਤ ਦੁਖੀ ਨੇ ਕਿਉਂਕਿ ਉਹਨਾਂ ਨੇ ਹੌਲੀ ਹੌਲੀ ਕਰਕੇ ਇਹਨਾਂ ਦੀ ਸਾਰੀ ਜ਼ਮੀਨ ਹੜੱਪ ਲਈ ਹੈ ਅਤੇ ਹੁਣ ਇਹ ਦਾਦੀ ਪੋਤੀ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੀਆਂ ਨੇ ਤੇ ਹਾਰ ਕੇ ਹੁਣ ਇਹਨਾਂ ਨੇ ਮੀਡੀਆ ਸਾਹਮਣੇ ਆ ਕੇ ਇਨਸਾਫ਼ ਦੀ ਗੁਹਾਰ ਲਾਈ ਹੈ ਇਸ ਸੰਬੰਧੀ ਪੀੜਿਤ ਲੜਕੀ ਸਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਦਾਦੀ ਘਰੇ ਰਹਿੰਦੀ ਸੀ ਅਤੇ ਇਹ ਦਾਦੀ ਪੋਤੀ ਦੋਨੋਂ ਆਪਣੀ ਜ਼ਮੀਨ ਦੀ ਦੇਖ ਰੇਖ ਕਰਦੀਆਂ ਸਨ ਪਰ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਪਿਤਾ ਦੇ ਭਰਾਵਾਂ ਵੱਲੋਂ ਉਹਨਾਂ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰ ਲਿੱਤਾ ਗਿਆ ਤੇ ਜੇਕਰ ਹੁਣ ਦਾਦੀ ਪੋਤੀ ਜ਼ਮੀਨ ਤੇ ਪੈਰ ਵੀ ਧਰਦੀਆਂ ਨੇ ਤਾਂ ਉਹਨਾਂ ਨੂੰ ਗਾਲਾਂ ਕੱਢ ਕੇ ਕੁੱਟ ਮਾਰ ਕੇ ਉੱਥੋਂ ਖਦੇੜ ਦਿੱਤਾ ਜਾਂਦਾ ਹੈ ਕੱਢ ਦਿੱਤਾ ਜਾਂਦਾ ਹੈ ਜ਼ਾਲਮਾਂ ਦੀ ਹੱਦ ਤਾਂ ਇੱਥੇ ਤੱਕ ਵੱਧ ਗਈ ਹੈ ਲਾਲਸਾ ਜ਼ਮੀਨ ਨੂੰ ਲੈ ਕੇ ਇੱਥੇ ਤੱਕ ਵੱਧ ਗਈ ਹੈ ਡੰਗਰਾਂ ਵਾਸਤੇ ਬਣਾਇਆ ਗਿਆ ਬਾੜਾ ਤੱਕ ਉਹਨਾਂ ਢਾਹ ਦਿੱਤਾ ਤੇ ਹੁਣ ਇਹਨਾਂ ਮਜ਼ਲੂਮਾਂ ਨੇ ਆਪਣੇ ਡੰਗਰ ਵੀ ਕਿਸੇ ਹੋਰ ਦੇ ਘਰ ਬੰਨੇ ਹੋਏ ਨੇ ਤੇ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਾ ਰਹੇ ਨੇ ਇਸ ਸੰਬੰਧੀ ਜਦੋਂ SDM ਅਜਨਾਲਾ ਵਿਪਿਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਇਸ ਸੰਬੰਧੀ ਉਹਨਾਂ ਨੂੰ ਹਾਲ ਹੀ ਦੇ ਵਿੱਚ ਪਤਾ ਚੱਲਿਆ ਹੈ ਤੇ ਬਾਰੀਕੀ ਦੇ ਨਾਲ ਇਸ ਦੀ ਜ਼ਰੂਰ ਜਾਂਚ ਕੀਤੀ ਜਾਵੇਗੀ ਤੇ ਬਣਦਾ ਇਨਸਾਫ਼ ਇਸ ਦਾਦੀ ਪੋਤੀ ਨੂੰ ਜ਼ਰੂਰ ਮਿਲੇਗਾ ਤੇ ਜੇਕਰ ਨਾਜਾਇਜ਼ ਕਬਜ਼ਾ ਇਸ ਦੇ ਚਾਚਿਆਂ ਜਾਂ ਤਾਇਆਂ ਨੇ ਕੀਤਾ ਹੈ ਉਹਨਾਂ ਤੋਂ ਵੀ ਸਜ਼ਾ ਜ਼ਰੂਰ ਹੋਵੇਗੀ ਮੇਰਾ ਬੇਟਾ ਤਾਂ ਹੋ ਗਿਆ ਤੇ ਉਹ ਇਹ ਪੋਤਰੀ ਮੇਰੇ ਕੋਲ ਰਹਿੰਦੀ ਆ ਮੈਂ ਉਹਨੂੰ ਨਿੱਕੀ ਜੀ ਨੂੰ ਆਉਂਦਾ ਸੀ ਜੂਬੇ ਜੀ ਦੇ ਵਿੱਚ ਅਤੇ ਪੋਤਰੀ ਮੇਰੇ ਕੋਲ ਰਹਿੰਦੀਆਂ ਅਸੀਂ ਦੋਵੇਂ ਅੰਨ ਪਾਣੀ ਖਾਂਦੀਆਂ ਪਕਾਉਂਦੀਆਂ ਅਤੇ ਸਾਨੂੰ ਸਕੇ ਨਹੀਂ ਖਾਣ ਦਿੰਦੇ ਇਹਨਾਂ ਦੀ ਜਿਹੜੀ ਪੈਲੀ ਆ ਕੁੜੀ ਦੀ ਉਹ ਚਾਚੇ ਤਾਏ ਜਿਹੜੇ ਆ ਖੁੰਡੇ ਨੇ ਉਹ ਆਉਂਦੇ ਨੇ ਸਾਨੂੰ ਜੋੜ ਕੇ ਪੈ ਅਤੇ ਮੈਂ ਇਹ ਰੋਂਦੀ ਆ ਅਤੇ ਜੇ ਅਸੀਂ ਪੰਗੀ ਛੱਡਣ ਜਾਂਦੇ ਹਾਂ ਤਾਂ ਸਾਨੂੰ ਉਹ ਇੱਟਾਂ ਰੋੜੇ ਚੜਾਉਂਦੇ ਨੇ ਸਾਨੂੰ ਨਹੀਂ ਉਹ ਛੱਡਣ ਦਿੰਦੇ ਹਾਂ ਇੱਦਾਂ ਦੀ ਗੱਲ ਆ ਹੁਣ ਕੀ ਤੁਸੀਂ ਦੱਸੋ ਪੱਠੇ ਸਾਡੇ ਸੋ ਗਏ ਆ ਅਤੇ ਪੱਠਿਆਂ ਨੂੰ ਪਾਣੀ ਲਾਉਣ ਦਿੱਤਾ ਦੂਜੀ ਗੱਲ ਆ ਉਹਨਾਂ ਨੇ ਵੇਖ ਲਓ ਮੈਂ ਡੰਗਰ ਜਿਹੜੇ ਆਪਣੇ ਆ ਨਾ ਮੇਰੇ ਉਹ ਆਹ ਕਿਸੇ ਦੇ ਘਰ ਕੱਢੇ ਨੇ ਵੀ ਸਾਡੇ ਕੋਲ ਪੱਠੇ ਵੀ ਨਹੀਂ ਪੈਂਦੇ ਅਤੇ ਪਾਣੀ ਵੀ ਨਹੀਂ ਡਾਉਣ ਜਾਂਦੇ ਅਤੇ ਦੋਵੇਂ ਜਣੀਆਂ ਇੱਥੇ ਰਹਿੰਦੀਆਂ ਅਤੇ ਉਹਦਾ ਰੋੜੇ ਚੜਾਏ ਜੀ ਇਹਨਾਂ ਦੇ ਰਾਤ ਰੋੜੇ ਚੜਾਇਆ ਨਾ ਸਾਡੇ ਕੋਲ ਦਾਗੇ ਅਤੇ ਨਾ ਕੋਈ ਪੰਨੇ ਅਤੇ ਨਾ ਸਾਡੇ ਕੋਲ ਚੋਰ ਪਾਨ ਉਹਨਾਂ ਕੀਤਾ ਡੰਗਰਾਂ ਵਾਲਾ ਬਰਾਂਡਾ ਢਾਹਤਾ ਹੈ ਉੱਥੇ ਛਾਂ ਹੈਗੀ ਸੀ ਉੱਥੇ ਅਸੀਂ ਡੰਗਰ ਬੰਨਦੇ ਹਾਂ ਅਤੇ ਉਹ ਵੀ ਹੁਣ ਲੋਕਾਂ ਦੇ ਘਰ ਅਸੀਂ ਡੰਗਰ ਕੱਢ ਦਿੱਤੇ ਜੀ ਹੁਣ ਕਿੱਥੇ ਬੰਨੇ ਅਸੀਂ ਡੰਗਰ ਇਹ ਹੁਣ ਦੱਸੋ ਸਾਨੂੰ ਅਸੀਂ ਕੀ ਕਰੀਏ ਹੁਣ ਰੋਟੀ ਪਾਣੀ ਵੱਖਰਾ ਸਾਡਾ ਇਹ ਪਕਾਉਂਦੇ ਹੀ ਆ ਅਤੇ ਮੈਂ ਖਾਂਦੀ ਹਾਂ ਉਹਦਾ ਸਰੀਰ ਆ ਮੇਰੇ ਕੋਲ ਨਹੀਂ ਕੁਛ ਵੀ ਹੁੰਦਾ ਅਤੇ ਪਕਾ ਕੇ ਤੇ ਦਮੇ ਪੈ ਰਹੀ ਦਾ ਅਤੇ ਉਹ ਫਿਰ ਵੀ ਗਾਲ ਬੰਦਾ ਕੱਢ ਕੇ ਆਖਦੀਆਂ ਜਾਂਦੇ ਆ ਬੜਾ ਬੜਾ ਬੋਲਦੇ ਆ ਬੜਾ ਗੰਦ ਬੋਲਦੇ ਆ ਚਾਰ ਇੱਟਾਂ ਰੋੜੇ ਆ ਵੇਖੋ ਚਲਾ ਕੇ ਤੇ ਗਏ ਨੇ ਨਹੀਂ ਹੇਠਾਂ ਬੇਟੀ ਮੇਰੀ ਗਈ ਆ ਪੋਤਰੀ ਮੇਰੀ ਜਾ ਕੇ ਰੋਈ ਪਿੱਟੀ ਅਰਦਾਸ ਦਿੱਤੀ ਆ ਕਿ ਦਰਖਾਸਤ ਦੇ ਕੇ ਆਈ ਆ ਅਤੇ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ
ਕੋਈ ਨਹੀਂ ਕੀਤੀ ਉਹਨਾਂ ਸਾਡੀ ਸੁਣਵਾਈ। ਅਸੀਂ ਮੰਗ ਇਹੋ ਵੀ ਸਾਨੂੰ ਕੁੜੀ ਦੀ ਪਿਆਰੀ ਜੋ ਨਹੀਂ ਚਾਹੀਦੀ ਹੈ, ਸਾਡੀ ਮੰਗ ਇਹ ਆ, ਹੋਰ ਸਾਡੀ ਮੰਗ ਨਹੀਂ। ਮੇਰਾ ਨਾਮ ਸਤਿੰਦਰ ਕੌਰ ਆ, ਮੈਂ ਅਤੇ ਮੇਰੀ ਦਾਦੀ ਦੋਨੋਂ ਇਸ ਘਰ ਦੇ ਵਿੱਚ ਰਹਿੰਦੇ ਹਾਂ। ਮੇਰੀ ਦਾਦੀ ਨੇ ਮੇਰੀ ਪਰਵਰਿਸ਼ ਕੀਤੀ, ਮੇਰੇ ਪਾਪਾ ਦੀ ਡੈਥ ਹੋ ਗਈ ਸੀ। ਮੇਰੇ ਪਾਪਾ ਦੀ ਡੈਥ ਤੋਂ ਬਾਅਦ ਵਿੱਚ ਸਾਡੀ ਜ਼ਮੀਨ ਦੇ 3 ਹਿੱਸੇ ਹੋ ਗਏ, ਅਤੇ ਤੀਸਰਾ ਹਿੱਸਾ ਮੈਨੂੰ ਹੈ, ਦੂਸਰਾ ਹਿੱਸਾ ਅਤੇ ਪਹਿਲਾ ਹਿੱਸਾ ਮੇਰੀ ਮੰਮਾ ਅਤੇ ਮੇਰੇ ਬ੍ਰਦਰ ਨੂੰ, ਉਹ ਦੋਨੋਂ ਵੀ ਜ਼ਮੀਨ ਵੇਚ ਕੇ ਮੇਰੀ ਮੰਮਾ ਨੇ ਦੂਸਰੀ ਮੈਰਿਜ ਕਰ ਲਈ, ਉਹ ਇਹ ਪਿੰਡ ਛੱਡ ਕੇ ਚਲੇ ਗਏ ਆ। ਹੁਣ ਮੈਂ ਅਤੇ ਮੇਰੀ ਦਾਦੀ ਇੱਥੇ ਰਹਿੰਦੇ ਹਾਂ। ਮੈਂ ਖੁਦ ਹੀ ਜ਼ਮੀਨ ਦੇ ਵਿੱਚ ਜ਼ਮੀਨ ਦੀ ਪਾਉਂਦੀ ਹਾਂ, ਕਾਰਵਾਈ ਸਾਰਾ ਕੰਮ ਧੰਦਾ ਜਿਹੜਾ ਵਾ ਖੁਦ ਹੀ ਕਰਦੀ ਹਾਂ। ਰੋਟੀ ਪਾਣੀ ਦਾ ਵੀ ਸਾਡਾ ਮਾੜਾ ਚੰਗਾ ਖਰਚ ਜਿਹੜਾ ਵਾ ਚੱਲਦਾ ਜਾਣ ਡਿਆ ਵਾ। ਹੁਣ ਤੋਂ ਹੀ ਮੇਰਾ ਤਾਇਆ, 6 ਮਹੀਨੇ ਪਹਿਲਾਂ ਮੇਰਾ ਤਾਇਆ ਜਿਹੜਾ, ਉਹਨੇ ਸਾਡੇ ਕੰਮ ਦੇ ਵਿੱਚ ਕਾਫੀ ਦਖਲ ਅੰਦਾਜ਼ੀ ਕੀਤੀ ਆ। ਉਹ ਸਾਨੂੰ ਕਾਫੀ ਗਾਲੀਆਂ ਕੱਢਦੇ ਆ, ਅਤੇ ਉਹਨੇ ਆਪਣੀ ਜਿਹੜੀ ਜ਼ਮੀਨ ਆ ਉਹ ਸਾਡੇ ਜਿਹੜੇ ਲਾਗੇ ਗੁਆਂਢੀ ਆ ਬਲਦੇਵ ਸਿੰਘ, ਉਹਨਾਂ ਨੂੰ ਉਹਨੇ ਵੇਚ ਦਿੱਤੀ ਆ, ਅਤੇ ਜੇ ਜ਼ਮੀਨ ਆਪਣੀ ਵੇਚ ਕੇ ਕਬਜ਼ਾ ਉਹਨੇ ਮੇਰੀ ਜ਼ਮੀਨ ਦਾ ਦਿੱਤਾ ਵਾ। ਉਸ ਜ਼ਮੀਨ ਦੇ ਵਿੱਚ ਸਾਡਾ ਜਿਹੜਾ ਇੱਕ ਬੱਚਾ ਬਣਿਆ ਸੀ, ਸਾਡੀ ਡੰਗਰਾਂ ਵਾਲੀ ਹਵੇਲੀ ਬਣੀ ਸੀ, ਅਤੇ ਡੰਗਰਾਂ ਦਾ ਬਰਾਂਡਾ ਬਣਿਆ ਸੀ, ਜੋ ਉਹਨਾਂ ਨੇ ਰਾਤ ਨੂੰ ਆ ਕੇ ਸਾਰਾ ਢਾਹ ਦਿੱਤਾ ਵਾ। ਅਸੀਂ ਹਰ ਇੱਕ ਜਗ੍ਹਾ ਦਰਖਾਸਤਾਂ ਦਿੱਤੀਆਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ SHO ਥਾਣਾ ਚੰਡੀਗੜ੍ਹ ਨੂੰ ਹਮੇਸ਼ਾ ਕਾਲ ਕਰਦੇ ਰਹੇ ਕਿ ਆ ਕੇ ਤੁਸੀਂ ਮੌਕਾ ਦੇਖੋ, ਅਤੇ ਉਹਨਾਂ ਨੇ ਹਮੇਸ਼ਾ ਫੋਨ ਦੇ ਵਿੱਚ ਇਹੀ ਕਹਿੰਦੇ ਕਿ ਅਸੀਂ ਜਾ ਕੇ ਉੱਥੇ ਦੇਖਦੇ ਹਾਂ, ਇੱਥੇ ਹੁੰਦਾ ਕੁਝ ਹੋਰ ਹੈ, ਤੁਸੀਂ ਝੂਠ ਬੋਲਦੇ ਜੇ। ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਇੱਕ ਜਿਹੜਾ ਬਲਦੇਵ ਸਿੰਘ ਆ, ਉਹਨਾਂ ਦਾ ਜਿਹੜਾ ਸਾਲਾ ਵਾ ਉਹ ASI ਥਾਣਾ ਚੰਡੀਗੜ੍ਹ ਵਿੱਚ ਲੱਗਾ ਵਾ, ਜਗਤਾਰ ਸਿੰਘ, ਉਹਦੇ ਕਰਕੇ ਸਾਡੀ SHO ਕੋਈ ਵੀ ਸੁਣਵਾਈ ਨਹੀਂ ਕਰਦਾ। ਉਹ ਹਮੇਸ਼ਾ ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਗੱਲਾਂ ਸੁਣਦਾ ਅਤੇ ਉਹਨਾਂ ਦਾ ਸਾਥ ਦਿੰਦਾ ਵਾ, ਸਾਡੀ ਉਹਨੇ ਕੋਈ ਵੀ ਸੁਣਵਾਈ ਨਹੀਂ ਕੀਤੀ। ਮੈਂ ਹਰ ਇੱਕ ਜਗ੍ਹਾ ਦਰਖਾਸਤ ਅੱਜ ਨਾਲੇ DSP ਨੂੰ ਵੀ ਦਿੱਤੀ ਆ, SHO ਥਾਣਾ ਚੰਡੀਗੜ੍ਹ ਨੂੰ ਵੀ ਦਿੱਤੀ ਆ, ਫਿਰ IG ਤੇ ਵੀ ਮੈਂ ਪੇਸ਼ ਹੋਈ ਹਾਂ ਖੁਦ, IG ਤੋਂ ਚਿੱਠੀ ਮਾਰ ਕਰਵਾ ਕੇ ਮੈਂ SSP ਨੂੰ ਵੀ ਦਿੱਤੀ ਆ, ਅਤੇ ਮੈਂ ਹੋਰ ਵੀ ਮੈਂ ਚਿੱਠੀਆਂ ਪੋਸਟ ਰਾਹੀਂ ਵੀ ਸਾਰੀ ਜਗ੍ਹਾ ਤੇ ਪਾਈਆਂ ਵਾ, ਪਰ ਅਜੇ ਤੱਕ ਮੈਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। 6 ਮਹੀਨੇ ਤੋਂ ਮੈਂ ਖੱਜਲ ਖਰਾਬ ਹੋ ਰਹੀ ਹਾਂ। 6 ਮਹੀਨੇ ਪਹਿਲਾਂ ਮਤਲਬ ਮੈਂ ਆਪਣੇ ਚਾਚਾ ਜੀ ਨੂੰ ਆਪਣੀ ਪਹਿਲਾਂ ਜ਼ਮੀਨ ਠੇਕੇ ਦੇ ਦਿੱਤੀ ਸੀ ਕੁਝ ਟਾਈਮ ਪਹਿਲਾਂ, ਕਿਉਂਕਿ ਉਦੋਂ ਮੈਂ ਮਤਲਬ ਨਹੀਂ ਵਾਹ ਸਕਦੀ ਕਿਉਂਕਿ ਮੇਰਾ ਸਟੱਡੀ ਦਾ ਕੰਮ ਸੀਗਾ, ਅਤੇ ਫਿਰ ਬਾਅਦ ਵਿੱਚ ਉਹਨਾਂ ਨੇ ਆ ਕੇ ਅਤੇ ਦੋਸ਼ੀਆਂ ਨੇ ਮਤਲਬ ਪੱਠੇ ਸਾਡੇ ਵਾਹ ਦਿੱਤੇ, ਅਤੇ ਫਿਰ ਝੂਠਾ ਕੇਸ ਉਹਨਾਂ 5 ਦਾ ਬਣਾ ਦਿੱਤਾ। ਮੇਰੇ ਚਾਚਾ ਚਾਚੀ ਦੇ ਚਾਚਾ ਚਾਚੀ ਨਾਨਾ ਨਾਨੀ ਅਤੇ ਮੇਰਾ ਜਿਹੜਾ ਕਜ਼ਨ ਸੀ ਉਹਨਾਂ 'ਤੇ ਪਰਚੇ ਕਰਵਾ ਦਿੱਤੇ, ਅਤੇ ਉਹਨਾਂ ਨੇ ਆਪਣੀ ਜਮਾਨਤਾਂ ਕਰਵਾਈਆਂ, ਅਤੇ ਉਹਨਾਂ ਨੇ ਸਾਡਾ ਸਾਥ ਛੱਡ ਦਿੱਤਾ। ਕਹਿੰਦੇ ਫਿਰ ਅਸੀਂ ਵੀ ਤੁਹਾਡਾ ਹੁਣ ਸਾਥ ਨਹੀਂ ਦੇ ਸਕਦੇ ਕਿਉਂਕਿ ਤੁਹਾਡੀਆਂ ਜ਼ਮੀਨਾਂ ਤੋਂ ਸਾਡੇ ਦੇ ਪਰਚੇ ਹੋਣ ਡਏ ਆ। ਹਾਂਜੀ, ਜਦੋਂ ਵੀ ਇੱਥੇ ਬੱਚਾ ਸਾਡਾ ਢਾਣ ਰਹੇ ਸੀ ਅਤੇ ਮੈਂ ਉੱਥੇ ਗਈ, ਇਹਨਾਂ ਨੂੰ ਰੋਕਣ ਵਾਸਤੇ ਗਈ। ਇਹਨਾਂ ਨੇ ਮੈਨੂੰ ਕੁੱਟ ਕਟਾਈ ਚੰਗੀ ਕੀਤੀ ਆ, ਮੇਰੇ ਰਗੜਾਂ ਵੀ ਲੱਗੀਆਂ ਵਾ ਇਹਨਾਂ 'ਤੇ। ਫਿਰ ਮੇਰੀ ਦਾਦੀ ਨੇ ਮੈਨੂੰ ਜਾ ਕੇ ਬਚਾਇਆ, ਅਤੇ ਅਸੀਂ ਇਹਨਾਂ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ। ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ, ਮੇਰੀ ਜਿਹੜੀ ਬਣਦੀ ਜ਼ਮੀਨ ਹੈ ਉਹ ਮੈਨੂੰ ਦਿੱਤੀ ਜਾਵੇ, ਅਤੇ ਇਹਨਾਂ ਦੋਸ਼ੀਆਂ ਦੇ ਪਰਚੇ ਕੀਤੇ ਜਾਵੇ। ਅਤੇ ਇਹ ਦੋਸ਼ੀ ਜਦੋਂ ਮਰਜ਼ੀ ਆ ਕੇ ਮੈਨੂੰ ਗਾਲਾਂ ਕੱਢਦੇ, ਇੱਥੇ ਗੰਦੀਆਂ ਮੰਦੀਆਂ ਗਾਲਾਂ ਕੱਢਦੇ ਆ। ਮੈਂ ਅਤੇ ਮੇਰੀ ਦਾਦੀ ਇਕੱਲੀ ਗੱਲ ਹੈ, ਜਦੋਂ ਮਰਜ਼ੀ ਰਾਤ ਨੂੰ, ਕਦੀ ਵੀ ਸਵੇਰੇ, ਜਦੋਂ ਮਰਜ਼ੀ ਆ ਜਾਂਦੇ, ਕਦੀ ਵੀ ਸਿਰ ਸਵਖਤ ਹੀ ਆ ਜਾਂਦੇ ਆ ਸਾਨੂੰ ਗਾਲਾਂ ਕੱਢਣ ਵਾਸਤੇ। ਸਾਡਾ ਇਹਨਾਂ ਨੇ ਜੀਣਾ ਮੁਸ਼ਕਿਲ ਕੀਤਾ ਹੋਇਆ ਵਾ। ਇਹਨਾਂ ਦੋਸ਼ੀਆਂ ਦੇ ਪਰਚੇ ਵੀ ਹੋਣੇ ਚਾਹੀਦੇ ਆ, ਅਤੇ ASI ਜਗਤਾਰ ਸਿੰਘ ਜੋ ਇਹਨਾਂ ਦਾ ਸਾਲਾ ਵਾ ਉਹਦੀ ਬਦਲੀ ਹੋਣੀ ਚਾਹੀਦੀ। ਅੱਜ SSP ਸਾਹਿਬ ਅੰਮ੍ਰਿਤਸਰ ਦਿਹਾਤੀ ਵੱਲੋਂ ਇੱਕ ਜਿਹੜੀ ਦਰਖਾਸਤ ਹੈ ਸਤਵਿੰਦਰ ਕੌਰ ਵੱਲੋਂ ਪਿੰਡ ਤੇੜਾ ਮਾਰਕੋ ਕੇ ਵਸੂਲ ਹੋਈ ਹੈ ਸਾਨੂੰ। ਇਹਦੇ 'ਚ ਇਸਨੇ ਇਹ ਦੋਸ਼ ਲਾਇਆ ਹੈ ਕਿ ਪਿੰਡ ਦੀ ਬਚਨ ਸਿੰਘ ਪਾਰਟੀ ਹੈ ਜਿਨ੍ਹਾਂ ਨੇ ਇਹਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ, ਅਤੇ ਅਜੇ ਸਾਡੇ ਕੋਲ ਇਨੀਸ਼ੀਅਲ ਸਟੇਜ 'ਤੇ ਇਨਕੁਆਇਰੀ ਹੈਗੀ ਹੈ, ਦੋਨਾਂ ਪਾਰਟੀਆਂ ਨੂੰ ਬੁਲਾ ਕੇ ਅਤੇ ਇਹਦੀ ਮੈਂ ਇਨਵੈਸਟੀਗੇਸ਼ਨ ਕਰਾਂਗੇ। ਗੁਰਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਦਾਦੀ ਪੋਤੀ ਵਿਚਾਰੀ ਕੱਲੀਆਂ ਰਹਿ ਕੇ ਅਗਰ ਜ਼ਮੀਨ ਸਾਂਭ ਰਹੀਆਂ ਸਨ ਤਾਂ ਇਹ ਇੱਕ ਮਿਸਾਲ ਸੀ ਦੁਨੀਆ ਵਾਸਤੇ ਕਿ ਧੀਆਂ ਕਿਸੇ ਤੋਂ ਘੱਟ ਨਹੀਂ, ਪਰ ਲਾਲਚੀ ਟੱਬਰ ਚਾਹੇ ਚਾਚੇ ਹੋਣ ਜਾਂ ਤਾਏ ਹੋਣ, ਜੇ ਉਹ ਇਹ ਸੋਚਦੇ ਨੇ ਕਿ ਅਸੀਂ ਧੀਆਂ 'ਤੇ ਤਸ਼ੱਦਦ ਕਰਕੇ, ਆਪਣੀ ਮਾਂ 'ਤੇ ਤਸ਼ੱਦਦ ਕਰਕੇ, ਉਹਨਾਂ ਨੂੰ ਦਰਕਿਨਾਰ ਕਰਕੇ ਅਤੇ ਜਿਹੜੀ ਜ਼ਮੀਨ ਹੈ ਉਸ ਨੂੰ ਹਥਿਆਲਾਂਗੇ, ਤਾਂ ਇਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੱਕ ਧੀ ਹੀ ਹੈ ਜੋ ਆਪਣੀ ਕੁੱਖ ਤੋਂ ਪੁੱਤ ਨੂੰ ਜਨਮ ਦਿੰਦੀ ਹੈ, ਅਤੇ ਜੇਕਰ ਉਹ ਧੀ ਪੁੱਤ ਬਣ ਕੇ ਹਰ ਚੀਜ਼ ਸਾਂਭਣ 'ਤੇ ਆ ਜਾਵੇ ਤਾਂ ਤੁਹਾਨੂੰ ਸਾਰਿਆਂ ਨੂੰ ਉਹ ਤੁਹਾਡੀ ਆਪਣੀ ਔਕਾਤ ਯਾਦ ਵੀ ਕਰਾ ਸਕਦੀ ਹੈ। ਹੋ ਸਕਦਾ ਕਈਆਂ ਨੂੰ ਇਹ ਸ਼ਬਦ ਬੁਰੇ ਲੱਗੇ ਹੋਣਗੇ, ਪਰ ਉਹਨਾਂ ਨੂੰ ਹੀ ਇਹ ਸ਼ਬਦ ਚੁੱਭਣਗੇ, ਬੁਰੇ ਲੱਗਣਗੇ, ਜੋ ਆਪਣੀ ਨੀਅਤ ਵਿੱਚ ਖੋਟ ਰੱਖਦੇ ਹੋਣਗੇ, ਜਿਨ੍ਹਾਂ ਦੇ ਆਪਣੇ ਜ਼ਮੀਰ
मरे हुए होंगे, क्योंकि हर वो इंसान जिसकी जमीर जागती है, जिसकी इंसानियत जागती है, वो हर धी नूं धी वांग वेखेगा, हर भैण नूं भैण वांग देखेगा, हर मां नूं मां वांग वेखेगा, ते अपने निच्चा करके किसी भी दाती धी मां भैण नूं ऐदां तुतकारेगा नहीं, ऐदां कुटेगा मारेगा नहीं। पर हुण वेखना यह होगा कि आने वाले समय में अजनाला दे इस घटिया टब्बर नूं सज़ा मिलती है या नहीं मिलती, जिसने दादी पोती का जीना हराम किया, जिसने इन्हां दी जमीन ते नजायज कब्जा किया। ते वेखना यह भी होगा कि अजनाला दे DSP विपिन कुमार ने जो गल्लां कहियां ने वह अपनी जुबान ते किन्ना की खरा उतरते ने। तो इस सब इस मसले ते की सोचते विचार नीचे कमेंट्स दे विच जरूर देना। वीडियो चंगी लगी होवे लाइक ते शेयर भी जरूर करना। गुरबाणी अखंड बाणी वास्ते अजनाला तो जगजीत सिंह अजनाला दी रिपोर्ट। वाहेगुरु जी का खालसा, वाहेगुरु जी की फतेह। सिख धर्म दी हर गतिविधि अते गुरबाणी वास्ते हुणे सब्सक्राइब करो गुरबाणी अखंड बाणी, अते नोटिफिकेशन वास्ते बैल नूं रिंग करो।